ਪੈਰਿਸ ਓਲੰਪਿਕ ਖੇਡਾਂ ਦੀ ਸ਼ਾਨਦਾਰ ਸਮਾਪਤੀ ਹੋਈ ਹੈ। ਸ਼ਾਨਦਾਰ ਸਮਾਪਤੀ ਸਮਾਰੋਹ ਜਿਹੜਾ ਕਿ ਕਲੋਜ਼ਿੰਗ ਸੈਰੇਮਨੀ ਸੀ, ਰਾਤ 12:30 ਵਜੇ ਹੁੰਦੀ ਹੈ, ਜਿਸਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਆਰਟਿਸਟ ਆਏ, ਕਈ ਤਰ੍ਹਾਂ ਦੇ ਸਿੰਗਰ ਆਏ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਪਰਫੋਰਮੈਂਸਿਸ ਦਿੱਤੀਆਂ, ਅਤੇ ਇਹ ਜਿਹੜੀਆਂ ਖੇਡਾਂ ਨੇ ਓਲੰਪਿਕ ਖੇਡਾਂ ਅਧਿਕਾਰਤ ਤੌਰ 'ਤੇ ਸਮਾਪਤ ਹੋਈਆਂ। ਅਤੇ ਇਹ ਇਵੈਂਟ ਹੈ ਜਿਹੜਾ ਅਮਰੀਕਾ ਦੇ ਵੱਲੋਂ ਜਿੱਤਿਆ ਗਿਆ। ਸੰਯੁਕਤ ਰਾਜ ਅਮਰੀਕਾ, ਯਾਨੀ ਕਿ ਅਮਰੀਕਾ ਲਗਾਤਾਰ ਚੌਥੀ ਵਾਰ ਓਲੰਪਿਕ ਖੇਡਾਂ ਦਾ ਬਾਦਸ਼ਾਹ ਬਣ ਕੇ ਉੱਭਰੇ ਆਏ। ਅਮਰੀਕਾ ਨੇ ਕੁੱਲ 40 ਗੋਲਡ ਹਾਸਲ ਕੀਤੇ ਨੇ, ਅਤੇ ਇਸ ਤੋਂ ਇਲਾਵਾ ਦੱਸ ਦਈਏ ਕਿ ਚੀਨ ਨੇ ਵੀ ਕਰੜੀ ਟੱਕਰ ਦਿੱਤੀ, ਪਰ ਚੀਨ ਦੇ ਕੋਲ ਇੰਨੇ ਜ਼ਿਆਦਾ ਗੋਲਡ ਨਹੀਂ ਆਏ ਜਿੰਨੇ ਕਿ ਅਮਰੀਕਾ ਦੇ ਵੱਲ ਆਏ। ਅਤੇ ਇਸ ਦੌਰਾਨ ਖੇਡਾਂ ਦੀ ਸਮਾਪਤੀ ਬੇਹੱਦ ਹੀ ਸ਼ਾਨਦਾਰ ਤਰੀਕੇ ਦੇ ਨਾਲ ਹੋਈ, ਅਤੇ ਇਸ ਸੂਚੀ ਦੇ ਵਿੱਚ ਜੇਕਰ ਗੱਲ ਕਰੀਏ ਭਾਰਤ ਦੀ, ਤਾਂ ਭਾਰਤ ਇਸ ਸੂਚੀ ਦੇ ਵਿੱਚ 71ਵੇਂ ਸਥਾਨ 'ਤੇ ਰਿਹਾ, ਅਤੇ ਇੱਕ ਅਜਿਹਾ ਦੇਸ਼ ਰਿਹਾ ਜਿਸਦੇ ਵਿੱਚ 5 ਮੈਡਲ ਆਏ ਅਤੇ ਵੱਖਰਾ ਹੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਅਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੇ ਅਗਲੀ ਵਾਰ ਦੀ ਓਲੰਪਿਕ ਖੇਡਾਂ ਨੇ ਉਹਨਾਂ ਦੀ ਮੇਜ਼ਬਾਨੀ ਅਮਰੀਕਾ ਦੇ ਵੱਲੋਂ ਕੀਤੀ ਜਾਵੇਗੀ, ਕਿਉਂਕਿ ਅਮਰੀਕਾ ਦੇ ਵੱਲੋਂ ਇਸ ਇਵੈਂਟ ਨੂੰ ਜਿੱਤਿਆ ਗਿਆ ਹੈ। ਅਤੇ ਹੁਣ 2028 ਦੇ ਵਿੱਚ ਜਦੋਂ ਓਲੰਪਿਕ ਖੇਡਾਂ ਹੋਣਗੀਆਂ, ਤਾਂ ਅਮਰੀਕਾ ਦੇ ਵੱਲੋਂ ਇਸ ਓਲੰਪਿਕ ਦੀ ਮੇਜ਼ਬਾਨੀ ਕੀਤੀ ਜਾਵੇਗੀ।